ਅੰਮ੍ਰਿਤਸਰ ਦੇ ਜੋੜਾ ਫਾਟਕ ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਦੀ ਲਾਸ਼ ਰੇਲਵੇ ਟਰੈਕ ਤੇ ਮਿਲੀ। ਇਹ ਤਸਵੀਰਾਂ ਅਸੀਂ ਤੁਹਾਨੂੰ ਸਾਫ਼ ਤੌਰ ਤੇ ਨਹੀਂ ਵਿਖਾ ਸਕਦੇ ਕਿਉਂਕਿ ਇਹਨਾਂ ਨੂੰ ਵੇਖ ਕੇ ਕਿਸੇ ਦਾ ਵੀ ਦਿਲ ਵਿਲੁੰਦਰ ਸਕਦਾ ਹੈ। ਲੋਕਾਂ ਮੁਤਾਬਿਕ ਇਹ ਨੌਜਵਾਨ ਫੋਨ ਤੇ ਗੱਲ ਕਰਦਾ ਹੋਇਆ ਰੇਲਵੇ ਟਰੈਕ ਤੇ ਤੁਰਿਆ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਟ੍ਰੇਨ ਆ ਗਈ। ਨੌਜਵਾਨ ਨੂੰ ਆਵਾਜ਼ਾਂ ਵੀ ਲਗਾਈਆਂ ਗਈਆਂ ਪਰ ਉਸਨੇ ਇੱਕ ਨਾ ਸੁਣੀ ਤੇ ਟ੍ਰੇਨ ਵੱਲ ਵੱਧਦਾ ਗਿਆ। ਮੇਰੇ ਸਾਹਮਣੇ ਉਧਰੋਂ ਗੱਡੀ ਗੱਡੀ ਪੈਦਲ ਆ ਰਿਹਾ ਸੀ, ਤੁਰਦਾ ਤੁਰਦਾ ਫੋਨ ਤੇ ਗੱਲ ਕਰਦਾ ਕਰਦਾ। ਇੱਕ ਗੱਡੀ ਲੰਘ ਗਈ ਭਾਈ, ਪਹਿਲੇ ਸਟਾਫ ਦੀ, ਉਦੋਂ ਨਹੀਂ ਥੱਲੇ ਆਇਆ ਤੇ ਜਦੋਂ ਗੱਡੀ ਲੰਘੀ ਨਾ ਸ਼ਾਨੇ ਪੰਜਾਬ, ਉਹਦੇ ਥੱਲੇ ਭਾਈ ਫੋਨ ਕਰਦਾ ਕਰਦਾ ਥੱਲੇ ਵੜ ਗਿਆ ਗੱਡੀ ਦੇ। ਭਾਈ ਆਪਾਂ ਬੜੀਆਂ ਆਵਾਜ਼ਾਂ ਦਿੱਤੀਆਂ ਭਾਈ, ਮੈਂ ਰਕਸ਼ੇ 'ਤੇ ਬੈਠਾ ਆ ਆਪਣੇ 'ਤੇ, ਮੈਂ ਬੜੀਆਂ ਆਵਾਜ਼ਾਂ ਦਿੱਤੀਆਂ, ਉਦੋਂ ਪਰੇ ਨਹੀਂ ਹੋਇਆ ਏ ਅਤੇ ਸਾਡੇ ਸਾਹਮਣੇ ਗੱਡੀ ਥੱਲੇ ਵੜ ਗਿਆ। ਹਾਂਜੀ, ਇੱਕ ਘੰਟਾ ਪੌਣਾ ਘੰਟਾ ਹੋ ਚੱਲਾ ਭਾਈ, ਹਾਲੇ ਤੱਕ ਕੋਈ ਨਹੀਂ ਭਾਜੀ ਆਇਆ। ਹੁਣ ਆਏ ਭਾਜੀ ਪੁਲਿਸ ਵਾਲੇ, ਪੰਜਾਬ ਪੁਲਿਸ ਵਾਲੇ ਹੁਣ ਆਏ ਆ। ਇਹ ਭਾਈ ਘੱਟੋ ਘੱਟ ਕੋਈ ਘੰਟੇ ਬਾਅਦ ਆ ਰਹੇ। ਪਿੰਡ ਭਾਈ ਘਰ ਦੀ ਰਜਿਸਟਰੀ ਕੀ ਆ, ਉੱਥੇ ਸਾਰਾ ਕੁਛ ਲਿਖਿਆ ਹੋਇਆ, ਐਡਰੈਸ ਅਡਰੁਸ ਸਾਰਾ ਕੁਛ ਲਿਖਿਆ, ਕਿਹੜੀ ਗੱਲੋਂ ਆਇਆ ਗੱਡੀ ਥੱਲੇ। ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਹਾਲੇ ਤੱਕ ਇਸ ਦੇ ਵਾਰਸਾਂ ਦਾ ਪਤਾ ਨਹੀਂ ਚੱਲ ਸਕਿਆ, ਜਲਦ ਹੀ ਸਾਰੀ ਜਾਣਕਾਰੀ ਇਕੱਠੀ ਕਰਕੇ ਮੌਤ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਕੀਤਾ ਜਾਵੇਗਾ। ਗੇਟਮੈਨ ਨੇ ਇਨਫੋਰਮੇਸ਼ਨ ਦਿੱਤੀ ਸੀ, ਹੁਣ ਗਿਆ ਸੀਗਾ ਮੌਕੇ ਤੇ, ਆਏ ਆ, ਦੇਖ ਰਹੇ ਆ ਕੀ ਹਾਲਾਤ ਹੈ, ਜੋ ਹਾਲਾਤ ਹੋਣਗੇ। ਕਿੰਨੀਆਂ ਕਿ ਇੱਥੋਂ ਗੱਡੀਆਂ ਉੱਪਰੋਂ ਲੰਘ ਚੁੱਕੀਆਂ ਲਾਸ਼ ਦੇ ਉੱਪਰ? ਜੀ ਵੇਲੇ ਸਾਨੂੰ ਇਨਫੋਰਮੇਸ਼ਨ ਮਿਲੀ, ਅਸੀਂ 10 ਮਿੰਟ 'ਚ ਇੱਥੇ ਆ ਗਏ ਹਾਂ ਸਰ। ਲੋਕਾਂ ਦਾ ਕਹਿਣਾ ਹੈ ਕਿ 1:30 ਵਜੇ ਦਾ ਵਾਕਿਆ ਹੈਗਾ ਵਾ, ਅਤੇ ਟਾਈਮ ਵੇਖੋ ਕਿੰਨੇ ਵਜੇ। ਕੁਝ ਸਾਨੂੰ ਜਦੋਂ ਇਨਫੋਰਮੇਸ਼ਨ ਪੁਲਿਸ ਨੇ ਤਾਂ ਉਦੋਂ ਹੀ ਆਉਣਾ। ਕੋਈ ਕਾਗਜ਼ ਪੱਤਰ ਲੱਭਾ ਜੀ? ਸਾਡੇ ਕੋਲ ਮੇਰੇ ਕੋਲ ਕੁਛ ਨਹੀਂ ਅਜੇ ਮਿਲਿਆ, ਇਹਦੇ ਮੈਂ ਪਹੁੰਚਿਆ ਮੌਕੇ 10 ਮਿੰਟ। ਗੇਟਮੈਨ ਕਹਿੰਦੇ 10 ਮਿੰਟ ਤੱਕ ਆਪਾਂ ਦੱਸਤਾ ਸੀ ਤੁਹਾਨੂੰ ਵਾਕਿਆ ਹੋਣ ਤੋਂ ਬਾਅਦ। ਇਹ ਤਾਂ ਫੋਨ 'ਤੇ ਪਤਾ ਲੱਗ ਜੂ ਕਿੰਨੇ ਵਜੇ ਫੋਨ ਗਿਆ ਉਹਨਾਂ ਦਾ, ਕਿੰਨੇ ਵਜੇ ਇੱਥੇ ਪਹੁੰਚੇ। ਕੋਈ ਘਰ ਦੇ ਆਏ ਰਹੇ? ਅਜੇ ਤੱਕ ਸਾਨੂੰ ਕੋਈ ਦਾ ਵਾਰਸ ਨਹੀਂ ਮਿਲਿਆ, ਤਲਾਸ਼ ਕਰ ਰਹੇ ਹਾਂ, ਲੱਗੇ ਸਕੇ ਅਨਾਊਂਸਮੈਂਟ ਕਰਾਉਂਦੇ ਆ। ਡਾਕੂਮੈਂਟ ਮਿਲੇ ਤਾਂ ਕੋਈ? ਮੇਰੇ ਕੋਲ ਅਜੇ ਕੁਛ ਨਹੀਂ ਮਿਲਿਆ, ਮੈਂ ਅਜੇ ਦੇਖ ਰਿਹਾ ਉਹਨੂੰ, ਰਾਤ ਦੇ ਦੇਖਣਾ ਵੱਡੀ ਕਿੱਦਾਂ ਖਿਲਦੀ ਪਈ ਆ, ਪਹਿਲਾਂ ਆਪਾਂ ਵੱਡੀ ਸਾਂਭ ਲਈਏ ਜੀ। ਪਰ ਹੁਣ ਸਵਾਲ ਇਹ ਉੱਠਦਾ ਕਿ ਨੌਜਵਾਨ ਫੋਨ 'ਚ ਇੰਨਾ ਮਸ਼ਰੂਫ ਸੀ ਕਿ ਇਸਨੂੰ ਪਤਾ ਹੀ ਨਹੀਂ ਚੱਲਿਆ, ਜਾਂ ਫਿਰ ਇਸਨੇ ਖੁਦਕੁਸ਼ੀ ਕੀਤੀ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।